ਬਲਕੀਤ ਸਿੰਘ ਛੱਜੇ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾ ਹੁੰਗਾਰਾ। ਵਿਧਾਨ ਸਭਾ ਚੋਣਾਂ 2022 ਲਈ ਹਲਕਾ ਆਨੰਦਪੁਰ ਸਾਹਿਬ ਤੋਂ ਜੈ ਜਵਾਨ ਜੈ ਕਿਸਾਨ ਪਾਰਟੀ ਅਤੇ ਟੀਐਮਸੀ ਪਾਰਟੀ ਦੇ ਸਾਂਝੇ ਉਮੀਦਵਾਰ ਮਲਕੀਤ ਸਿੰਘ ਛੱਜਾ ਨੂੰ ਪਿੰਡਾਂ ਕਸਬਿਆਂ ਵਿੱਚ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਪ੍ਰੈਸ ਨਾਲ ਗੱਲਬਾਤ ਕਰਦੇ ਉਹਨਾਂ ਦੇ ਸਮਰਥਕਾਂ ਨੇ ਦੱਸਿਆ ਕਿ ਅਸੀਂ ਹਲਕੇ ਵਿੱਚੋਂ ਵੱਡੀ ਲੀਡ ਨਾਲ ਮਲਕੀਤ ਸਿੰਘ ਛੱਜਾ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਾਂਗੇ। ਰਵਾਇਤੀ ਪਾਰਟੀਆਂ ਤੋਂ ਦੁਖੀ ਜਾਪਦੇ ਲੋਕ, ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰੀ ਆਦਿ ਕੁਰੀਤੀਆਂ ਨੂੰ ਦਰਕਿਨਾਰੇ ਕਰਕੇ ਇੱਕ ਨਵੀਂ ਪਾਰਟੀ ਅਤੇ ਨਵੇਂ ਉਮੀਦਵਾਰ ਨੂੰ ਮੌਕਾ ਦੇਣਗੇ। ਅੱਜ ਅਸੀਂ ਪਹੁੰਚੇ ਹੋਏ ਹਾਂ ਸ੍ਰੀ ਹਲਕਾ ਆਨੰਦਪੁਰ ਸਾਹਿਬ, ਜਿੱਥੇ ਅੱਜ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ। ਅੱਜ ਅਸੀਂ ਜਿੱਥੇ ਖੜ੍ਹੇ ਹਾਂ ਬੱਡਲ ਪਿੰਡ ਦੇ ਵਿੱਚ ਖੜ੍ਹੇ ਹਾਂ, ਜਿੱਥੇ ਬੱਡਲ ਦੇ ਪਿੰਡ ਦੇ ਵਿੱਚ ਜੈ ਜਵਾਨ ਜੈ ਕਿਸਾਨ ਪਾਰਟੀ ਦਾ ਜਿਹੜਾ ਉਮੀਦਵਾਰ ਬਲਕੀਤ ਸਿੰਘ ਛੱਜਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ, ਜਿਨ੍ਹਾਂ ਦਾ ਚੋਣ ਸਾਰਨ ਗੋਭੀ ਦਾ ਫੁੱਲ ਹੈ, ਅਤੇ ਅੱਜ ਇਸ ਇਲਾਕੇ ਦੇ ਵਿੱਚ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ। ਪਹਿਲਾਂ ਤਾਂ ਮੈਂ ਆਪਾਂ ਗੱਲ ਕਰਦੇ ਹਾਂ ਇੱਥੇ ਦੇ ਵੋਟਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ? ਤੁਸੀਂ, ਮੈਂ ਦੇਖ ਰਿਹਾ ਵੀ ਤੁਹਾਡੇ ਨਾਲ ਲੋਕ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਉਮੀਦਵਾਰ ਦਾ ਤੁਸੀਂ ਪਿੱਛੇ ਵੋਟ ਲਾਇਆ ਹੋਇਆ। ਅੱਜ ਮਾਹੌਲ ਜਿਹੜਾ ਬਹੁਤ ਜ਼ਿਆਦਾ ਮਲਕੀਤ ਸਿੰਘ ਛੱਜਾ ਦੇ ਹੱਕ ਵਿੱਚ ਹੈ, ਔਰ ਹਰ ਇੱਕ ਆਦਮੀ ਦੇ ਮਨ ਵਿੱਚ ਇਹ ਹੈ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਪਹਿਲੀਆਂ, ਉਹਨਾਂ ਦਾ ਅਸੀਂ ਦੁਖੀ ਹੋ ਚੁੱਕੇ ਹਾਂ। ਉਹਨਾਂ ਨੇ ਲੋਕਾਂ ਨੂੰ ਲੁੱਟ ਕੇ ਖਾ ਲਿਆ, ਔਰ ਨਵੀਂ ਪਾਰਟੀ ਨੂੰ ਅਸੀਂ ਵੋਟ ਪਾਉਣੀ ਚਾਹੁੰਦਾ ਹੈ ਤਾਂ ਕਿ ਸਾਡੇ ਇਲਾਕੇ ਦਾ ਅੱਗੋਂ ਵਾਸਤੇ ਸੁਧਾਰ ਹੋ ਸਕੇ, ਸਿੱਖਿਆ ਦਾ ਪ੍ਰਭਾਵ ਹੋ ਸਕੇ, ਬਾਕੀ ਖੇਤੀਬਾੜੀ ਹੋਰ ਸਾਰੇ ਸੁਧਾਰ ਹੋ ਸਕਣ। ਇਹ ਤਾਂ ਹੀ ਹੋ ਸਕਦੇ ਹੈ ਜੇ ਅਸੀਂ ਜੈ ਜਵਾਨ ਜੈ ਕਿਸਾਨ ਪਾਰਟੀ ਨੂੰ ਵੋਟ ਪਾ ਕੇ ਮਲਕੀਤ ਸਿੰਘ ਛੱਜਾ ਨੂੰ ਕਾਮਯਾਬ ਕਰਾਈਏ। ਜੀ ਜੀ, ਧੰਨਵਾਦ ਜੀ। ਤੁਸੀਂ ਰਵਾਇਤੀ ਪਾਰਟੀਆਂ ਤੋਂ ਚਾਹੁੰਦੇ ਆ ਵੀ ਰਵਾਇਤੀ ਪਾਰਟੀਆਂ ਤੋਂ ਖਿਹੜਾ ਛੁੱਟਣਾ ਚਾਹੀਦਾ ਹੈ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਕਾਂਗਰਸ ਜਿਹੜੀ ਪਿਛਲੇ 70 ਸਾਲਾਂ ਤੋਂ ਜਿਹੜੀ ਰਾਜ ਕਰ ਰਹੀ ਹੈ, ਲੇਕਿਨ ਅੱਜ ਜਿਹੜੀ ਨਵੀਂ ਪਾਰਟੀਆਂ ਜਿਹੜੀਆਂ ਨਵੀਂ ਆਪਾਂ ਨਵੀਂ ਵੀ ਨਹੀਂ ਕਹਿ ਸਕਦੇ ਹੈ, ਪੁਰਾਣੀ ਪਾਰਟੀ ਹੈ, ਲੇਕਿਨ ਬੜੀ ਪੱਧਰ ਹਾਂਜੀ ਬਾਈ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਮਲਕੀਤ ਸਿੰਘ ਛੱਜਾ ਜੀ ਦੇ ਨਾਲ ਹਾਂ ਜੀ, ਇਹਨਾਂ ਨੂੰ ਰਲ ਕੇ ਸਪੋਰਟ ਕਰੀਏ। ਜੈ ਜਵਾਨ ਜੈ ਜੀ। ਹਾਂ, ਇਹ ਸਪੋਰਟ ਫੋਰ ਛੱਜਾ ਤੁਸੀਂ ਦੇਖ ਹੀ ਰਹੇ ਹੋ। ਹਾਂਜੀ ਬਾਈ ਜੀ, ਤੁਸੀਂ ਕਿਹਨੂੰ ਵੋਟ ਪਾਓਗੇ? ਮਲਕੀਤ ਸਿੰਘ ਛੱਜਾ ਨੂੰ ਵੋਟ ਪਾਉਣੀ ਚਾਹੁੰਦੇ ਹਾਂ ਜੀ। ਕਿਉਂ, ਕਿਹੜੀ ਗੱਲ ਕਰਕੇ? ਕਿਆ ਦੇਖ ਲਿਆ ਤੁਸੀਂ ਛੱਜਾ ਦੇ ਵਿੱਚ? ਨਵਾਂ ਹੀ ਤਰੀਕੇ ਨਾਲ ਕਿ ਨਵੀਂ ਸਰਕਾਰ ਆਉਣੀ ਚਾਹੀਦੀ ਹੈ ਜੀ, ਪਹਿਲਾਂ ਪਾ ਕੇ ਦੇਖ ਚੁੱਕੇ ਹਾਂ ਜੀ, ਕੋਈ ਆਇਆ ਨਹੀਂ ਬਦਲਾਵ ਜੀ, ਇਸ ਕਰਕੇ ਮਲਕੀਤ ਸਿੰਘ ਛੱਜਾ। ਹੁਣ ਲੱਗਦਾ ਮਲਕੀਤ ਸਿੰਘ ਛੱਜਾ ਕੁਛ ਨਵੀਂ ਸੋਚ ਦੇ ਨੂੰ ਲੈ ਕੇ ਆ ਰਹੇ ਹਨ। ਹਾਂਜੀ ਹਾਂਜੀ, ਠੀਕ ਹੈ। ਹਾਂਜੀ ਬਾਈ, ਤੁਸੀਂ ਕਿਹਨੂੰ ਵੋਟ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਅਸੀਂ ਵੋਟ ਪਾਉਂਗੇ ਜੀ ਜਵਾਨ ਨੂੰ, ਕਿਉਂ ਆਪਾਂ ਸਾਰੀ ਇੰਡੀਆ ਨੂੰ ਪਾ ਕੇ ਵੋਟਾਂ ਦੇਖ ਲਈਆਂ, ਬਦਲਾਵ ਨਹੀਂ ਕੋਈ ਹੱਲ ਸਾਡਾ। ਫੌਜੀ ਜਿਹੜੇ ਮੁੰਡੇ ਭਰਤੀ ਹੋਏ ਵੇ ਉਹਦਾ ਕੋਈ ਪੇਪਰ ਨਹੀਂ ਹੋ ਰਿਹਾ, ਇਸ ਕਰਕੇ ਆਪਾਂ ਹੁਣ ਬਦਲਾਵ ਚਾਹੁੰਦੇ ਹਾਂ। ਹਾਂਜੀ ਬਾਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਲਜੀਤ ਸਿੰਘ ਹੈ ਜੀ। ਅਸੀਂ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਉਮੀਦਵਾਰ ਸਰਦਾਰ ਮਲਕੀਤ ਸਿੰਘ ਜੀ ਛੱਜਾ ਨੂੰ ਸਪੋਰਟ ਕਰਦੇ ਹਾਂ, ਕਿਉਂਕਿ ਉਹਨਾਂ ਨੇ ਕਿਹਾ ਕਿ ਮਤਲਬ ਇੱਥੇ ਜਦੋਂ ਮਤਲਬ ਸਰਕਾਰੀ ਕਾਲਜ ਨਹੀਂ ਹੈ, ਵਧੀਆ ਕਾਲਜ ਨਹੀਂ ਹੈ, ਹੋਸਪਿਟਲ ਨਹੀਂ ਹੈ, ਉਹਨਾਂ ਨੂੰ ਆਪਾਂ ਕਹਿਣਾ ਹੈ ਤਾਂ ਜੋ ਇੱਥੇ ਸਾਰਾ ਕੁਛ ਵਧੀਆ ਆ ਸਕੇ। ਬਹੁਤ ਧੰਨਵਾਦ ਜੀ। ਹਾਂਜੀ, ਕਿਆ ਹਾਲ ਚਾਲ ਹੈ ਜੀ? ਠੀਕ ਠਾਕ ਜੀ। ਅਤੇ ਕਿਸ ਤਰ੍ਹਾਂ ਕਰ ਰਹੇ ਹੋ ਅੱਜ ਕੱਲ੍ਹ ਵੋਟਾਂ ਆਈਆਂ ਹੋਈਆਂ, ਵੋਟ ਕਰ ਰਹੇ ਹੋ? ਮਲਕੀਤ ਸਿੰਘ ਛੱਜਾ ਜੀ, ਜੈ ਜਵਾਨ ਜੈ ਕਿਸਾਨ ਪਾਰਟੀ ਨੂੰ ਜੀ। ਜੀ ਹਾਂਜੀ, ਅਤੇ ਦੱਬ ਕੇ ਸਪੋਰਟ ਕਰ ਰਹੇ ਹੋ? ਹਾਂਜੀ ਹਾਂਜੀ। ਅਤੇ ਬਾਕੀ ਉਹਨੂੰ ਵੀ ਕਹੋਗੇ? ਹਾਂਜੀ ਹਾਂਜੀ, ਸਭ ਆਪਦੇ ਕਿਸਾਨ ਏਕਤਾ ਦੇ ਨਾਂ ਰਲੋ ਭਾਈ, ਸਾਰਿਆਂ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਵਧਾਈਆਂ, ਨਾਲ ਵੀ ਉਮੀਦਵਾਰ ਖੜ੍ਹੇ ਨੇ ਜੀ। ਬਹੁਤ ਵਧੀਆ ਗੱਲ ਹੈ। ਹਾਂਜੀ ਬਾਈ ਜੀ, ਤੁਸੀਂ ਕਿਹੜੀ ਪਾਉਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਜੈ ਜਵਾਨ ਜੈ ਕਿਸਾਨ ਪਾਰਟੀ ਨੂੰ, ਮਲਕੀਤ ਸਿੰਘ ਛੱਜਾ ਜੀ। ਕੀ ਲੋੜ ਪੈ ਗਈ ਅੱਜ ਮਲਕੀਤ ਸਿੰਘ ਨੂੰ ਵੋਟ ਪਾਉਣ ਦੀ? ਬਾਕੀ ਜਿਹੜੀਆਂ ਪਾਰਟੀਆਂ ਇਹ ਸਾਰਿਆਂ ਤੋਂ ਤੰਗ ਹੋ ਕੇ ਅਸੀਂ ਇੱਕ ਬਦਲਾਅ ਆਉਣਾ ਚਾਹੁੰਦੇ ਹਾਂ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਬਾਈ ਜੀ, ਕਿਆ ਨਾਮ ਜੀ? ਪਰਮਜੀਤ ਸਿੰਘ ਜੀ। ਪਰਮਜੀਤ ਸਿੰਘ ਜੀ, ਤੁਸੀਂ ਪਹਿਲਾਂ ਕਰਦੇ ਕੀ ਹੋ? ਅਸੀਂ ਖੇਤੀਬਾੜੀ ਕਰਦੇ ਜੀ। ਖੇਤੀਬਾੜੀ ਕਰਦੇ, ਹੁਣ ਵੋਟਾਂ ਆ ਗਈਆਂ, ਕਿਹੜੀ ਪਾਰਟੀ ਨੂੰ ਪ੍ਰਮੋਸ਼ਨ ਦਿੰਦੇ? ਅਸੀਂ ਜੈ ਜਵਾਨ ਜੈ ਕਿਸਾਨ ਨੂੰ ਜੀ, ਮਲਕੀਤ ਸਿੰਘ ਛੱਜਾ ਜੀ ਨੂੰ। ਅਤੇ ਬਾਕੀ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਾਕੀ ਰਵਾਇਤੀ ਪਾਰਟੀਆਂ ਅੱਕ ਕੇ ਨਵੀਂ ਉਹਨੂੰ ਉਹ ਬਣਾਉਣਾ ਚਾਹੁੰਦੇ ਆ ਜੀ, ਨੌਜਵਾਨ ਜੀ। ਜੀ ਹਾਂ, ਸਾਰੇ ਉਮੀਦਵਾਰਾਂ ਦਾ ਇੱਕੋ ਕਹਿਣਾ ਵੀ ਬਿਲਕੁਲ ਜਿਹੜੀਆਂ ਨਵੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਹੁਣ ਮਲਕੀਤ ਸਿੰਘ ਛੱਜਾ ਜੀ ਨੂੰ ਸਪੋਰਟ ਕਰੋ, ਅਤੇ RTV1 ਵੱਲੋਂ ਵੀ ਅਸੀਂ ਇਹੀ ਗੱਲ ਕਰਦੇ ਹਾਂ, ਬਿਲਕੁਲ ਜਿਹਨੂੰ ਵੀ ਵੋਟ ਪਾਉਣੀ ਆ ਦੇਖ ਸੋਚ ਕੇ ਵੋਟ ਪਾਇਓ, ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਜਿਹੜਾ ਤੁਹਾਡਾ ਵਧੀਆ ਆਵੇ।